ਆ ਲੇਡੀ ਪ੍ਰੈਗਨੈਂਟ ਨੇ ਜੀ 9 ਮੰਥ ਦੀ, ਆ ਹਾਲ ਆ ਸ਼ਰਮਨਾਕ, ਇਦੂ ਸ਼ਰਮਨਾਕ ਕੀ ਹੋਊਗਾ, ਇੱਕ ਲੇਡੀ ਨੂੰ ਅੱਧਾ ਘੰਟਾ ਹੋ ਗਿਆ ਬਾਹਰ ਖੜਿਆ ਨੂੰ। ਤੁਸੀਂ ਚੁੱਪ, ਮੈਂ ਨਹੀਂ ਚੁੱਪ ਹੋਣਾ ਤੇਰੇ ਨਾਲ, ਤੇਰਾ ਫੋਨ ਥੋੜੀ ਮੈਂ ਸੁਣ, ਮੈਨੂੰ ਬੰਦ ਕੋਈ ਨਹੀਂ ਕਰ ਰਿਹਾ, ਬੰਦ ਕਰ ਸਕਦਾ ਤੁਹਾਨੂੰ, ਲਾਈਵ ਚੱਲਦਾ, ਬੰਦ ਨਹੀਂ ਕਰ ਰਿਹਾ ਮੈਂ, ਆਪਾਂ ਨਹੀਂ ਕੁਛ, ਅਸੀਂ ਕੁਛ ਨਹੀਂ ਕਿਹਾ, ਜਿੱਥੇ ਤੁਹਾਨੂੰ ਆਪ ਭੇਜਿਆ ਆਪ ਲੈ ਕੇ ਜਾਓ, ਫਿਰ ਰੁਕ ਜਾਓ ਹੁਣ। ਆਤਮਜੀਤ ਮੈਂ ਕਰ ਰਿਹਾ ਫੋਨ, ਕਿੰਨਾ ਸਮਾਂ ਹੋ ਗਿਆ ਜੀ ਤੁਹਾਨੂੰ ਖੜਿਆ ਨੂੰ ਇੱਥੇ ਜੀ? 10:20 ਤੇ ਸਮਾਂ ਹੋ ਗਿਆ, 10:44 ਕੀ ਕਹਿੰਦੇ ਅੰਦਰ ਕਿਉਂ ਨਹੀਂ ਲੈ ਕੇ ਜਾ ਰਹੇ? ਆ ਲੇਡੀ ਪ੍ਰੈਗਨੈਂਟ ਨੇ ਜੀ 9 ਮੰਥ ਦੀ, 9ਵਾਂ ਮਹੀਨਾ ਜੀ, ਆਂਗਨਵਾੜੀ 'ਚ ਕੰਮ ਕਰਦੇ ਨੇ। ਸੋ ਆ ਖੜਾ ਮੈਂ ਡਾਕਟਰ ਹਰੀ ਸਿੰਘ ਹਸਪਤਾਲ, ਹੈ ਨਾ। ਸੋ ਮੈਂ ਕਰਦਾ ਹੁਣ ADC, ਆ ਫੜ ਯਾਰ ਫੋਨ, ਫੜ ਤੁਸੀਂ ਫੋਨ ਫੜ, ਵੀਡੀਓ ਬਣਾ, ਪ੍ਰੋਪਰ ਹਿਲਾਉਣਾ ਪਲੀਜ਼, ਹੈ ਨਾ। ਸੋ ਆ ਹਾਲ ਆ ਸ਼ਰਮਨਾਕ, ਇਦੂ ਸ਼ਰਮਨਾਕ ਕੀ ਹੋਊਗਾ, ਇੱਕ ਲੇਡੀ ਨੂੰ ਅੱਧਾ ਘੰਟਾ ਹੋ ਗਿਆ ਬਾਹਰ ਖੜਿਆ ਨੂੰ, ਆ ਹੌਸਪੀਟਲ ਦੇ ਵਿੱਚ ਨਹੀਂ ਲੈ ਰਹੇ, ਅੰਦਰ ਤੱਕ ਨਹੀਂ ਵਾੜੇ, ਬਾਹਰ ਗਲੂਕੋਜ਼ ਲੱਗਿਆ, ਬਾਹਰ ਉਹ ਫੜੀ ਖੜੇ ਨੇ। ਆ ਕਿਹਦੀ ਜਾਣ ਦੀ ਜ਼ਿੰਮੇਵਾਰੀ ਹੈ, ਇਹਨਾਂ ਦੀ ਜਾਣ ਦੀ ਜ਼ਿੰਮੇਵਾਰੀ ਕਿੱਥੇ ਕਿਹਦੀ ਹੈ, ਸਰਕਾਰ ਕਿੱਥੇ ਹੈ? ਮੈਂ ਨਾਲ ਦੀ ਨਾਲ ਕਾਲ ਕਰ ਰਿਹਾ, ਇੱਕ ਮਿੰਟ ਮੈਨੂੰ, ਸਿਰਫ ਇੱਕ ਮਿੰਟ ਦੇ ਦਿਓ ਜੀ। ਤੁਸੀਂ ਆ ਦੇਖ ਸਕਦੇ ਹੋ ਇਹ ਹਾਲ ਹੈ, ਆ ਸਾਡੀਆਂ ਸਿਹਤ ਸਹੂਲਤਾਂ। ਆਤਮਜੀਤ ਇੱਥੇ ਸੀ ਰਾਤ ਨੂੰ, ਮੈਨੂੰ ਇਹਦੀ ਕਾਲ ਆ ਗਈ, ਨਹੀਂ ਕੀ ਹਾਲ ਹੋਣਾ ਸੀ, ਆਹ ਲੇਡੀ ਜਿਹੜੇ। ਸੋ ਇਹ ਹਾਲ ਹੈ ਸਾਡੇ ਸਿਸਟਮ ਦਾ ਬਾਈ ਜੀ। ਡਾਕਟਰ ਸਾਹਿਬ ਇੱਕ ਮਿੰਟ, ਮੈਂ ADC ਵੈਸਟ ਨੂੰ ਫੋਨ ਲਾ ਰਿਹਾ, ਇੱਕ ਮਿੰਟ ਸਰ ਮੈਨੂੰ ਤੁਸੀਂ ਦੇ ਦਿਓ। ਆਹ ਹਾਲ ਹੈ ਸਾਡੇ ਸਰਕਾਰੀ ਜਿਹੜੀਆਂ ਆਪਾਂ ਕਹਿ ਦਈਏ ਸਿਹਤ ਸਹੂਲਤਾਂ ਦਾ, ਆਹ ਹਾਲ ਹੈ 10 ਮਿੰਟ 'ਚ, ਤਕਰੀਬਨ 3 ਮਿੰਟ 'ਚ ਜਿਵੇਂ ਮੈਨੂੰ ਇਹ ਫੋਨ ਕਰਦਾ ਆਤਮਜੀਤ, ਮੈਂ ਇੱਥੇ ਪਹੁੰਚ ਗਿਆ। ਸੋ ਆਹ ਦੇਖ ਲਓ, ਆਹ ਲੱਛਣ ਦੇਖ ਲਓ, ਸਾਡੇ ਹਾਲ ਦੇਖ ਲਓ ਡਾਕਟਰਸ ਦੇ, ਕੀ ਕਿਉਂ ਨਹੀਂ ਅੰਦਰ, ਕੀ ਕਹਿ ਰਹੇ ਜੀ ਤੁਸੀਂ, ਕਿਹਾ ਅੰਦਰ ਲੈ ਕੇ ਕਿਉਂ ਨਹੀਂ ਵਾੜ ਰਹੇ, ਕੀ ਕਹਿ ਰਹੇ ਨੇ? ਤੁਸੀਂ ਪਹਿਲਾਂ ਕਿੱਥੇ ਸੀ ਇਹ, ਐਡਮਿਟ ਕਿੱਥੇ ਸੀ ਇਹ? ਸਿਵਲ ਹਸਪਤਾਲ, ਉਹ ਕੀ ਕਹਿੰਦੇ? ਕਿਹੜਾ ਪਿੰਡ, ਕਿਹੜਾ ਜੀ ਆਪਣਾ? ਬਿੰਜਲ। ਸੋ ਉੱਥੋਂ ਤੁਸੀਂ ਇੱਥੇ ਪਹੁੰਚ ਕੀਤੀ ਆ? ਪ੍ਰਾਈਵੇਟ ਕਰਾ ਲੈਂਦੇ ਹਾਂ ਜੀ। ਇਸ ਤੋਂ ਵੱਡੀ ਸ਼ਰਮਨਾਕ ਦੀ ਗੱਲ ਕੀ ਹੋਵੇਗੀ? ਬੈਲ ਵੱਜ ਰਹੀ ਹੈ, ਕੋਈ ਹੈ ਡਾਕਟਰ ਸਾਹਿਬ? ਬਾਹਰ ਖੁੱਲ੍ਹ ਗਿਆ ਜੀ, ਇਹਨਾਂ ਨੂੰ ਅੰਦਰ ਕਿਉਂ ਨਹੀਂ ਲੈ ਰਹੇ ਜੀ? ਆਪਾਂ ਕੀ ਕਰਨਾ, ਪੇਸ਼ੈਂਟ ਨੂੰ ਅੰਦਰ ਕੱਢ ਨਹੀਂ ਲੈ ਰਹੇ? ਡਾਕਟਰ ਸਾਹਿਬ ਤਾਂ ਆਉਂਦੇ ਜੀ, ਬਟ ਇਹ ਤੁਹਾਡੀ ਅਣਗਹਿਲੀ, ਤੁਸੀਂ ਇੱਕ ਪੇਸ਼ੈਂਟ ਬਾਹਰ ਖੜ੍ਹੇ ਜੀ, ਉਹ ਪ੍ਰੈਗਨੈਂਟ ਲੇਡੀ ਆ 9 ਮਹੀਨੇ ਦੀ, ਤੁਸੀਂ ਉਹਨੂੰ ਅੰਦਰ ਹੀ ਨਹੀਂ ਲੈ ਰਹੇ ਜੀ? ਰਾਤ ਹੋ ਗਈ ਅਫਸਰ, ਕੋਈ ਫੋਨ ਥੋੜ੍ਹਾ ਜਿਹਾ, ਕੌਣ ਬੋਲ ਰਿਹਾ? ਹਾਂਜੀ ਕੌਣ? ਮੈਂ ਸੁਖਜੀਤ ਰਾਮ। ਤੁਸੀਂ ਇਹਨੂੰ ਅੰਦਰ ਕਿਉਂ ਨਹੀਂ ਲੈ ਰਹੇ? ਹਾਂ ਪਿੱਛੇ ਮੈਂ ਤਾਂ ਆਏ ਸੀ, ਤੁਸੀਂ ਇਹਨੂੰ ਮੈਨੂੰ ਦੱਸੋ ਵੀ ਅੰਦਰ ਕਿਉਂ ਨਹੀਂ ਲੈ ਰਹੇ? ਮੈਂ ਸਾਰੀਆਂ ਫਾਈਲਸ ਦੇਖੀਆਂ ਜੀ, ਠੀਕ ਹੈ, ਹੁਣ ਵਿੱਚੋਂ ਡਿਲੀਟ ਨਾ ਕਰਿਓ, ਮੈਂ ਕਿਹਾ ਇਹ ਮਤਲਬ ਮੈਂ ਸਾਰੀਆਂ ਫਾਈਲਸ ਦੇਖੀਆਂ, ਇਹਨਾਂ ਨੂੰ ਸਜ਼ੇਰੀਅਨ ਦੀ ਲੋੜ ਆ ਮੇਰੀ, ਹੁਣ ਇਹ ਡਾਕਟਰ ਵਿਵੇਕ ਨਾਲ ਇੱਥੇ ਗੱਲ ਹੋਈ ਆ, ਸਾਡੇ ਜੋ ਐਨਸਥੈਟਿਸਟ ਨੇ ਉਹ ਅਵੇਲੇਬਲ ਨਹੀਂ ਹੈ। ਬੰਦ ਕੋਈ ਨੀ ਕਰ ਰਿਹਾ, ਬੰਦ ਕੌਣ ਤੱਕ ਤੁਹਾਨੂੰ, ਲਾਈਵ ਚੱਲਦਾ, ਬੰਦ ਨਹੀਂ ਕਰ ਰਿਹਾ ਮੈਂ, ਹੁਣ ਕੌਣ ਤੱਕ ਤੁਹਾਨੂੰ, ਬੰਦ ਨਹੀਂ ਕਰ ਰਿਹਾ, ਬੰਦ ਨਹੀਂ ਕਰ ਰਿਹਾ, ਮੇਰੀ ਗੱਲ ਮੈਂ ਤੇਰੀ ਗੱਲ ਸੁਣ ਲੈ, ਮੈਂ ਧੱਕਾ ਨਹੀਂ, ਮੈਂ ਸਿਰਫ ਤੁਹਾਨੂੰ ਇਹ ਪੁੱਛ ਰਿਹਾ ਵੀ ਇਹਨਾਂ ਨੂੰ ਅੰਦਰ ਕਿਉਂ ਨਹੀਂ ਲਿਆ, ਹੋਰ ਮੇਰਾ ਕੋਈ ਮੁੱਦਾ ਨਹੀਂ ਹੈ। ਕਿਉਂ ਚੁੱਪ ਯਾਰ, ਮੈਨੂੰ ਚੁੱਪ ਨਾ, ਕਿਉਂ ਦੱਸੋ, ਕੈਮਰਾ ਆਉਣਾ, ਚੁੱਪ ਹੋ ਜਾ ਫਿਰ, ਸੁਣ ਲੈ ਮੇਰੀ ਗੱਲ, ਦੱਸੋ ਬੋਲੋ। ਤੁਸੀਂ ਸਰ ਪਹਿਲਾਂ ਸੁਨੇਹਾ ਭਜਵਾਇਆ ਵੀ ਡਾਕਟਰ ਸਾਹਿਬ ਹੈ ਨਹੀਂਗੇ, ਤੁਸੀਂ ਹੁਣ ਆ ਗਏ ਹੋ, ਦੱਸੋ। ਮੈਂ ਆਇਆ ਡਾਕਟਰ ਐਨਐਸਥੀਜ਼ੀ ਵਾਲੇ, ਇਹਨਾਂ ਨੂੰ ਆਪਰੇਸ਼ਨ ਦੀ ਲੋੜ ਆ। ਮੈਂ ਮੰਨਦਾ ਭਾਜੀ, ਤੁਸੀਂ ਮੇਰੀ ਗੱਲ ਸੁਣੀ ਹੈ ਜਾਂ ਬੋਲਣਾ? ਸਾਹਿਬ ਪਹਿਲਾਂ ਆਪਣੀ ਲੈਂਗੁਏਜ ਸੁਧਾਰੋ, ਮੈਂ ਤੁਹਾਨੂੰ ਪਿਆਰ ਨਾਲ ਗੱਲ ਕਰ ਰਿਹਾ ਹਾਂ, ਮੈਂ ਤੁਹਾਨੂੰ ਕਹਿ ਰਿਹਾ ਕਰਨਾ ਨਹੀਂ ਤੁਹਾਨੂੰ, ਉਹ ਨਾ ਪੌਣੇ ਘੰਟੇ ਦੇ ਖੜੇ, ਸੁਣੋ, ਮੈਂ ਮੰਨਦਾ ਜੀ ਹੈਗੀ, ਤੁਸੀਂ ਮੇਰੀ ਗੱਲ ਸੁਣੀ, ਪਹਿਲਾਂ ਮੇਰੀ ਸੁਣੋ, ਤੁਸੀਂ ਕਹਿ ਦੋ, ਤੁਸੀਂ ਕਹਿ ਰਹੇ ਹੋ ਮੈਂ ਡਾਕਟਰ, ਉਹ ਮੈਡਮ ਆਏ ਰਿਪੋਰਟ ਫੜ ਕੇ ਲੈ, ਕਹਿੰਦੇ ਡਾਕਟਰ ਸਾਹਿਬ ਨਾਲ ਗੱਲ ਕਰਕੇ ਆ ਰਹੇ, ਮੈਂ ਅੰਦਰ ਜਾ ਕੇ ਸਾਰੀਆਂ ਰਿਪੋਰਟਾਂ ਦੇਖੀਆਂ, ਫਿਰ ਉਹ ਬਾਹਰ ਆ ਕੇ ਕਿਉਂ ਕਹ ਰਹੇ ਡਾਕਟਰ ਸਾਹਿਬ ਹੈ ਨਹੀਂ, ਸਰਕਾਰੀ ਹਸਪਤਾਲ ਚੋਂ ਰੈਫਰ ਕੀਤਾ, ਫਿਰ ਉਹ ਕਿਉਂ ਕਹ ਰਹੇ ਡਾਕਟਰ ਸਾਹਿਬ ਹੈ ਨਹੀਂ, ਇੱਧਰ ਦੇਖੋ, ਹਾਂ ਤੁਹਾਡੇ, ਹਾਂ ਬੋਲੋ ਬੋਲੋ, ਹਾਂ ਦੱਸੋ, ਤੁਹਾਨੂੰ ਸਰਕਾਰੀ ਹਸਪਤਾਲ ਰੈਫਰ ਕੀਤਾ, ਸਵੇਰੇ ਦੀ ਲੋੜ ਆ,
ਠੀਕ ਹੈ ਸਾਡੇ ਕੋਲ ਐਨਐਸਸੀਐਲ ਡਾਕਟਰ ਨਹੀਂ ਹੈ ਮੈਂ ਤੁਹਾਡੀ ਗੱਲ ਇੱਕ ਮੇਰੀ ਬੇਨਤੀ ਸੁਣ ਲਓ ਜੀ ਫਿਰ ਮੈਂ ਤੁਹਾਡੀ ਸੁਣਦਾ ਉਹਨੂੰ ਪਲੀਜ਼ ਫਸਟ ਏਡ ਤਾਂ ਦੇ ਦਿਓ ਉਸ ਤੋਂ ਬਾਅਦ ਤੁਸੀਂ ਨਾ ਕਰੋ ਰੈਫਰ ਕਰ ਦਿਓ ਫਸਟ ਏਡ ਵੀਰੇ ਤੂੰ ਡਾਕਟਰ ਹੈ ਨਹੀਂ ਜਿੰਨੀ ਜਲਦੀ ਤੋਂ ਜਲਦੀ ਆਪਰੇਸ਼ਨ ਹੋਵੇ ਇਹਨਾਂ ਲਈ ਉਨਾ ਹੀ ਚੰਗਾ ਮੈਂ ਇੱਥੇ ਅੱਧਾ ਘੰਟੇ ਇਹਨਾਂ ਦਾ ਵੇਸਟ ਕਰਦਾ ਉੱਥੋਂ ਤੋਂ 500 ਰੁਪਏ ਬਾਈ ਜੀ ਪੌਣਾ ਘੰਟਾ ਦਾ ਹੋ ਗਿਆ ਉਹਨਾਂ ਨੂੰ ਇੱਥੇ ਖੜੇ ਪੌਣਾ ਘੰਟਾ ਦਾ ਹੋ ਗਿਆ ਖੜਾ ਹੁਣ ਸਰ ਤੁਹਾਨੂੰ ਅਸੀਂ ਕਹਿਤਾ ਭਾਈ ਸਾਡੇ ਕੋਲ ਐਨਐਸਸੀਐਲ ਨਹੀਂ ਗਿਆ ਪੌਣੇ ਕੇ ਪਹਿਲਾਂ ਇਹ ਕਿਹਾ ਡਾਕਟਰ ਸਾਹਿਬ ਨਹੀਂ ਐਨਐਸਸੀਐਲ ਡਾਕਟਰ ਹੈ ਇਹ ਗੱਲ ਹਲੇ ਤੱਕ ਨਹੀਂ ਕਿਸੇ ਨੇ ਕਹੀ ਸ਼ੇਅਰ ਕਾਡੀ ਲਈ ਪੋਸਟਰ ਸ਼ੇਅਰ ਇਹਨਾਂ ਦੀ ਵੀਡੀਓ ਬਣਾਓ ਸਾਰਾ ਕੁਝ ਕਰੋ ਜੀ 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 ਮੈਂ ਕਿਹਾ ਕਰ ਹੀ ਰਹੇ ਜੀ ਆਹ ਆਹ ਡਾਕਟਰ ਨੇ ਜੀ ਹਰੀ ਸਿੰਘ ਹਸਪਤਾਲ ਡਾਕਟਰ ਪ੍ਰਭਜੋਤ ਸਿੰਘ ਤੁਸੀਂ ਆਪਦਾ ਮਾਸਕ ਪਾਓ ਜੀ ਹਾਂ ਡਾਕਟਰ ਪ੍ਰਭਜੋਤ ਸਿੰਘ ਮੈਂ ਆ ਇੱਧਰ ਦੇਖ ਮੇਰੇ ਨਾਲ ਗੱਲ ਕਰ ਇਨਸਾਨੀਅਤ ਦੇ ਤੌਰ ਤੇ ਪਲੀਜ਼ ਅੰਦਰ ਤੱਕ ਤੁਸੀਂ ਇਨਸਾਨੀਅਤ ਦੇ ਤੌਰ ਤੇ ਮੈਂ ਤੁਹਾਨੂੰ ਬੇਨਤੀ ਕਰਦਾ ਡਾਕਟਰ ਸਾਹਿਬ ਹੁਣ ਐਮਰਜੈਂਸੀ ਸੇਵਾਵਾਂ ਜੀ ਤੁਹਾਨੂੰ ਵੀ ਪਤਾ ਜੀ ਦੇਖੋ ਮੈਂ ਬਸ ਸਾਂਭ ਲਓ ਪਲੀਜ਼ ਅੱਜ ਵੀ ਫੈਲ ਆਪਰੇਸ਼ਨ ਜੀ ਪਾਣੀ ਦਾ ਮੈਂ ਬੁਲਾਇਆ ਉਹਨੂੰ ਅੰਦਰ ਤੱਕ ਦਾ ਬੰਦ ਆਪਰੇਸ਼ਨ ਅੱਜ ਅਸੀਂ ਕਰ ਲਏ ਕੀਤੇ ਹੋਣੇ ਤੁਸੀਂ ਉਹਦੀ ਗੱਲ ਕਰੋ ਜੀ ਤੁਸੀਂ ਇਹਨੂੰ ਇੱਕ ਵਾਰੀ ਫਸਟ ਏਡ ਦੇ ਦਿਓ ਮੇਰੀ ਇੰਨੀ ਫਸਟ ਏਡ ਦਵਾਂ ਵੀਰੇ ਜੋ ਵੀ ਤੁਹਾਨੂੰ ਪਤਾ ਹੈ ਡਾਕਟਰ ਤੁਸੀਂ ਹੋ ਮੈਂ ਤਾਂ ਪੱਤਰਕਾਰ ਹਾਂ ਮੈਨੂੰ ਆਪਦੀ ਲਾਈਨ ਦਾ ਪਤਾ ਜੀ ਦਿਹਾੜੀ ਬਣਾ ਮੈਂ ਦਿਹਾੜੀ ਇਹ ਤੂੰ ਸਵੇਰੇ ਆਨ ਕਰੋ ਨਾ ਫੋਨ ਆਨ ਕਰੋ ਜੀ ਮੈਂ ਕਿਹਾ ਨਾ ਕਰੋ ਦਿਹਾੜੀ ਬਣਾਉਣ ਦੋ ਇਹ ਪੱਤਰਕਾਰ ਹੈ ਇਹਨੂੰ ਸਿਰਫ ਆਪਦੀ ਨਿਊਜ਼ ਬਣਾਉਣੀ ਆ ਬਾਜੀ ਬਾਬਾ ਠੀਕ ਹੈ ਇਹੀ ਤੂੰ ਕਰ ਲੈ ਮੈਂ ਤਾਂ ਕਰ ਰਿਹਾ ਮੈਂ ਤਾਂ ਦੇਖੋ ਮੈਂ ਤਾਂ ਜੋ ਮੇਰੇ ਹੋਊਗਾ ਮੈਂ ਕਰੂੰਗਾ ਜੀ ਮੈਂ ਤੁਹਾਨੂੰ ਬੇਨਤੀ ਇਹ ਕਰਦਾ ਵੀ ਆਪਾਂ ਫਿਰ ਰੋਜ਼ ਦੇ 20 25 30 ਮਰੀਜ਼ ਆ ਰਹੇ ਸੀ ਰੋਜ਼ ਦੇਖ ਰਹੇ ਹਾਂ ਨਾਰਮਲ ਡਿਲੀਵਰੀਆਂ ਹੋ ਰਹੀਆਂ ਡਾਕਟਰ ਸਾਹਿਬ ਮੈਂ ਕਹਿੰਦਾ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਮੈਂ ਕਹਿੰਦਾ ਲਾਈਵ ਦੇ ਵਿੱਚ ਕਹਿ ਰਿਹਾ ਮੈਂ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਪਲੀਜ਼ ਬੇਨਤੀ ਬੇਨਤੀ ਦੇ ਸੁਣ ਲਓ ਸਾਡੇ ਕੋਲੇ ਆਪਰੇਸ਼ਨ ਕਰ ਲਈ ਇਸ ਟਾਈਮ ਬੇਹੋਸ਼ ਕਰਨ ਵਾਲਾ ਡਾਕਟਰ ਨਹੀਂ ਹੈਗਾ ਮੈਂ ਬੇਨਤੀ ਦੇ ਸੁਣ ਲਓ ਫਸਟ ਏਡ ਬੇਨਤੀ ਦੇ ਸੁਣ ਲਓ ਪਲੀਜ਼ ਸੁਣ ਦੱਸਿਆ ਜਦੋਂ ਆਏ ਤੁਸੀਂ ਯਾਨੀ ਜੀ 9 ਮਹੀਨੇ ਰਹੇ ਲਗਾਤਾਰ ਸੈਲ ਲਾਈ ਹੁੰਦੀ ਹੈ ਹੈਦਰਾਬਾਦ 20 ਹੈਦਰਾਬਾਦ 30 ਹੈਦਰਾਬਾਦ ਉਹਨਾਂ ਦੀ ਸਾਰੇ ਹੱਲ ਲਾ ਫਿਰ ਤੁਸੀਂ ਆਪਦਾ ਟਾਈਮ ਵੇਸਟ ਕਰ ਰਹੇ ਹੋ ਆਪਦੀ ਦੁਕਾਨਦਾਰੀ ਖੱਟ ਰਹੇ ਹੋ ਡਾਕਟਰ ਸਾਹਿਬ ਇਹ ਦੁਕਾਨਦਾਰੀਆਂ ਵਾਲੀ ਗੱਲਾਂ ਮੇਰੇ ਨਾਲ ਸਵੇਰੇ ਕਰਿਓ ਮਾਰਨਿੰਗ ਸਵੇਰੇ ਕਰਾਂਗੇ ਆਪਾਂ ਹਾਂ ਤੇਰੇ ਵਾਲਾ ਫੋਨ ਯਾਰ ਮੈਂ ਤੈਨੂੰ ਇਹ ਕਹਿੰਦਾ ਵੀ ਇਹਨੂੰ ਪਲੀਜ਼ ਤੂੰ ਤਾਂ ਆਪਣੀ ਦਿਹਾੜੀ ਬਣਾ ਰਿਹਾ ਮੈਨੂੰ ਹਾਂ ਜੀ ਹਾਂ ਹਾਂ ਤੇਰਾ ਪਤਾ ਤੂੰ ਦਿਹਾੜੀ ਬਣਾ ਲਾ ਇਹਨਾਂ ਦੇ ਡ੍ਰਿਪ ਚੱਲ ਰਿਹਾ ਅਸੀਂ ਇੱਥੇ ਬੈਠੇ ਹਾਂ ਨਾਰਮਲ ਕੇਸ ਹੁੰਦਾ ਮੈਂ ਕਰ ਦੇਣਾ ਸੀ ਯਾਰ ਫਿਰ ਮੈਂ ਕਹਿੰਦਾ ਵੀ ਫਸਟ ਏਡ ਦੇ ਲਓ ਵੀਰੇ ਹੋਰ ਤੁਹਾਨੂੰ ਕਹਿ ਨਹੀਂ ਰਿਹਾ ਕੁਛ ਜੋ ਤੁਸੀਂ ਇੱਕ ਵਾਰੀ ਯਾਰ ਇੱਕ ਵਾਰੀ ਉਹਨਾਂ ਨੂੰ ਸਾਂਭ ਕੇ ਜੋ ਤੁਸੀਂ ਕਰ ਸਕਦੇ ਹੋ ਤੁਹਾਨੂੰ ਪਤਾ ਨਾ ਮੈਨੂੰ ਤਾਂ ਮੈਂ ਡਾਕਟਰ ਨਹੀਂ ਆ ਇਹੀ ਵੀਡੀਓ ਨੂੰ ਬਿਨਾਂ ਬੋਲੇ 10 ਮਿੰਟ ਸੁਣ ਲਾ 10 ਸਕਿੰਟ ਸੁਣ ਲਾ ਚੱਲ ਹਾਂ ਬੋਲੋ ਮੈਂ ਹੁਣ ਬੋਲੂੰਗਾ ਨਹੀਂ 1 ਮਿੰਟ ਦਿੱਤਾ ਤੁਹਾਨੂੰ ਹਾਂ ਪੂਰਾ ਪ੍ਰੈਗਨੈਂਟ ਲੇਡੀ ਨੂੰ ਆ ਰਿੰਗਾ ਲੈਕਟੇਟ ਦੀ ਲੋੜ ਹੁੰਦੀ ਆ ਉਹਨਾਂ ਦਾ ਚੱਲ ਰਿਹਾ ਇਸ ਤੋਂ ਬਿਨਾਂ ਜਲਦੀ ਤੋਂ ਜਲਦੀ ਇਹਨਾਂ ਦਾ ਆਪਰੇਸ਼ਨ ਹੋਣਾ ਜ਼ਰੂਰੀ ਹੁੰਦਾ ਜਿੱਥੇ ਤੁਹਾਨੂੰ ਸੁਵਿਧਾ ਮਿਲਦੀ ਆ ਜਿੱਥੇ ਐਨਐਸਸੀ ਦਾ ਡਾਕਟਰ ਹੈਗਾ ਜਿੱਥੇ ਇਹਨਾਂ ਤੁਹਾਨੂੰ ਰੈਫਰ ਕੀਤਾ ਤੁਹਾਨੂੰ ਸਾਡੇ ਕੋਲ ਰੈਫਰ ਨਹੀਂ ਕੀਤਾ ਸਰਕਾਰੀ ਵਾਲਿਆਂ ਨੇ ਜਿਹੜੇ ਹਸਪਤਾਲ 'ਚ ਭੇਜਿਆ ਉੱਥੇ ਨੂੰ ਲੈ ਕੇ ਜਾਓ ਜਲਦੀ ਤੋਂ ਜਲਦੀ ਇੱਥੇ ਤੁਸੀਂ ਆਪਦੀ ਦੁਕਾਨਦਾਰੀ ਨਾ ਕਰੋ ਮਰੀਜ਼ ਦਾ ਫਾਇਦਾ ਭਾਲੋ ਮਰੀਜ਼ ਪੌਣਾ ਘੰਟਾ ਖੜਾ ਰਿਹਾ ਤੁਹਾਡੇ ਕੋਲ ਵੀਰੇ ਅਸ ਤਾਂ ਪਹਿਲਾਂ ਹੀ ਆਉਣ ਸਰ ਕਹਿਤਾ ਨਹੀਂ ਕਿਹਾ ਤੁਸੀਂ ਮੈਂ ਮਿੰਤਾ ਕੀਤੀਆਂ ਤੁਹਾਡੇ ਹੋਰ ਚਲੋ 1 ਮਿੰਟ ਤੁਸੀਂ ਦੱਸੋ ਆਪਾਂ ਲੈ ਕਿੱਥੇ ਜਾਈਏ ਚਲ 1 ਮਿੰਟ ਇਹਦਾ ਰਾਹ ਕੀਰਾ ਮੈਨੂੰ ਕਾਲ ਕੀਤੀ ਤੁਸੀਂ ਦੱਸ ਦਿਓ ਵੀ ਆਪਾਂ ਕਿੱਥੇ ਲੈ ਜਾਈਏ ਤੁਸੀਂ ਕਿਸੇ ਨੂੰ ਕਾਲ ਕਰ ਦਿਓ ਜਿਹੜਾ ਲੋਕਲ ਹੈ ਆਪਦਾ ਹਸਪਤਾਲ ਦਾ ਦੇਖ ਸਕਦਾ ਇੱਥੇ ਜੋ ਸੁਵਿਧਾ ਮੈਂ ਦੇ ਸਕਦਾ ਤੁਹਾਡੇ ਬੰਦੇ ਨੇ ਡਾਕਟਰ ਸਾਹਿਬ ਪਹਿਲਾਂ ਆ ਕੇ ਕਿਹਾ ਡਾਕਟਰ ਸਾਹਿਬ ਹੈ ਨਹੀਂ ਗਏ ਮੈਂ ਇੱਕ ਰਾਹ ਕੀਰਾ ਮੈਂ ਸ਼ੇਖ ਵੀਰਾ ਜਾਣਦਾ ਮੈਂ ਅੰਦਰ ਜਾ ਕੇ ਆਪਦਾ ਨਾਰਮਲ ਕੇਸ ਕਰਾ ਰਿਹਾ ਸਾਡੇ ਕੋਲ ਐਨਐਸਸੀਆ ਡਾਕਟਰ ਨਹੀਂ ਬੰਦੇ ਨੇ ਆ ਕੇ ਕਿਹਾ ਡਾਕਟਰ ਸਾਹਿਬ ਹੈ ਨਹੀਂ ਗਏ ਮੈਂ ਕਿਹਾ ਡਾਕਟਰ ਸਾਹਿਬ ਹੈਗੇ ਨੇ ਕਿਉਂਕਿ ਮੇਰਾ ਆਲਰੇਡੀ ਸਾਡਾ ਆਲਰੇਡੀ ਪੇਸ਼ੈਂਟ ਇੱਕ ਤੁਹਾਡੇ ਕੋਲ ਹੈਗਾ ਜਿਹਦਾ ਬੇਬੀ ਡੈਥ ਨਿਕਲਿਆ ਉਹਨਾਂ ਨੇ ਨਾਰਮਲ ਕੇਸ ਕਰਾ ਰਿਹਾ ਮੈਂ ਅੰਦਰੋਂ ਆਇਆ ਤੁਸੀਂ ਹੈਗੇ ਹੋ ਤੁਸੀਂ ਬਾਹਰ ਮੈਸੇਜ ਭੇਜ ਰਹੇ ਹੋ ਤੁਸੀਂ ਹੈ ਨਹੀਂ ਗਏ ਵੀਰੇ ਮੈਂ ਅੰਦਰ ਮੈਂ ਪਾਣੀ ਪਿਲਾ ਰਿਹਾ ਪੇਚ ਪੌਣਾ ਘੰਟਾ ਹੋ ਗਿਆ ਐਨਐਸਸੀਆ ਡਾਕਟਰ ਦੀ ਗੱਲ ਕੀਤੀ ਪੌਣਾ ਘੰਟਾ ਹੋ ਗਿਆ ਮੈਂ ਮਿੰਨ ਤਾਂ ਕਰਿਆ ਅੰਦਰ ਲੈ ਲਓ ਪਲੀਜ਼ ਤੁਸੀਂ ਇਹਨਾਂ ਟ੍ਰੀਟ ਇੱਕ ਵਾਰੀ ਫਸਟ ਏਡ ਦੇ ਦਿਓ ਜੀ ਹੋਰ ਕੁਛ ਨਹੀਂ ਡਾਕਟਰ ਸਾਹਿਬ ਪਲੀਜ਼ ਉਹ ਯਾਰ 1 ਮਿੰਟ ਤੂੰ ਬੋਲਣਾ ਡਾਕਟਰ ਸਾਹਿਬ ਪਲੀਜ਼ ਫਸਟ ਏਡ ਦੇ ਦਿਓ ਜੀ ਉਸ ਤੋਂ ਬਾਅਦ ਜਿੱਥੇ ਤੁਸੀਂ ਕਹੋਗੇ ਜਿਹੜੇ ਹਸਪਤਾਲ ਕਹੋਗੇ ਆਪਾਂ ਲੈ ਜਾਾਂਗੇ ਨੋ ਇਸ਼ੂ ਹਾਂਜੀ ਹਾਂਜੀ ਦੇਖ ਲੈਣ ਦਿਓ ਡਾਕਟਰ ਸਾਹਿਬ ਨੂੰ ਦੇਖ ਲੈਣ ਦਿਓ ਪਲੀਜ਼ ਮਾਸਕ ਪਾਓ ਡਾਕਟਰ ਸਾਹਿਬ ਜੀ ਪਲੀਜ਼ ਤੁਸੀਂ ਇੱਕ ਵਾਰੀ ਫਸਟ ਏਡ ਦਿਓ ਜੀ ਉਸ ਤੋਂ ਬਾਅਦ ਜਿੱਦਾਂ ਵੀ ਹੋਊਗਾ ਆਪਾਂ ਜਿੱਥੇ ਕਹੋਗੇ ਅਸੀਂ ਲੈ ਜਾਵਾਂਗੇ ਇਹ ਲੈ ਜਾਣਗੇ ਇਹਨਾਂ ਦੇ ਗਵਰਨਮੈਂਟ ਵਾਲੇ ਚੋਂ ਆਏ ਸੀ ਜੀ ਜੀ ਆਪਣੇ ਕੋਲੇ ਇੱਥੇ ਆਏ ਮੈਂ ਫਾਈਲ ਸਾਰੀਆਂ ਦੇਖੀਆਂ ਸਜ਼ੇਰੀਆਂ ਦੀ ਰੈਫਰ ਕੀਤਾ ਮੇਰੀ ਡਾਕਟਰ ਵਿਵੇਕ ਨਾਲ ਗੱਲ ਹੋਈ ਆ ਆਪਣੇ ਐਨਸਥੈਟਿਕ ਨਾਲ ਤੇ ਉਹ ਨਹੀਂ ਹੈਗੇ ਠੀਕ ਹੈ ਤੇ ਮੈਂ ਤੁਹਾਨੂੰ ਕਹਿਤਾ ਭਾਈ ਜਿੱਥੇ ਤੁਹਾਨੂੰ ਰੈਫਰ ਕੀਤਾ ਜਿਹੜੇ ਹਸਪੀਟਲ ਉੱਥੇ ਚਲੇ ਜਾਓ ਇਹਨਾਂ ਨੇ ਆ ਕੇ ਆਪਦਾ ਮੋਬਾਈਲ ਔਨ ਕਰ ਲਿਆ ਪੱਤਰਕਾਰ ਆਪਦੀ ਵੀਡੀਓ ਬਣਾਉਣੀ ਆ ਆਪਦੀ ਕਰਨੀ ਆ ਜੋ ਵੀ ਇਹਨਾਂ ਦਾ ਆਪਦਾ ਧੰਦਾ ਵਾ ਇਹ ਉਸ ਕਰਕੇ ਰੌਲਾ ਪਾਉਣ ਲੱਗੇ ਨਹੀਂ ਰੌਲਾ ਨਹੀਂ ਮੈਂ ਤੁਹਾਨੂੰ ਕਹਿ ਰਿਹਾ ਵੀ ਇੱਕ ਵਾਰ ਤੁਸੀਂ ਇਹਨੂੰ ਟ੍ਰੀਟ ਕਰ ਦਿਓ ਉਸ ਤੋਂ ਬਾਅਦ ਕਰਨ ਦਾ ਸਜ਼ੇਰੀਆ ਨਾ ਡਾਕਟਰ ਨਹੀਂ ਹੈ ਸਾਡੇ ਕੋਲ
ਨਹੀਂ ਕਦੇ ਤੁਸੀਂ ਸਾਂਭ ਨਹੀਂ ਸਕਦੇ ਫਸਟ ਏਡ ਵੀ ਨਹੀਂ ਦੇ ਸਕਦੇ ਆ ਡਰਿਪ ਚੱਲ ਰਿਹਾ ਨਹੀਂ ਸਜੇਰੀਆ ਨਹੀਂ ਮੈਂ ਕਹਿ ਰਿਹਾ ਹੁਣ ਉਹਨਾਂ ਦੀ ਹਾਲਾਤ ਦੇਖੋ ਕਹਿੰਦੇ 20-25 ਮਿੰਟ ਹੋ ਗਏ ਮੱਛਰ ਲੜ ਲੈਣੇ ਇੱਥੇ ਖੜੇ ਡਾਕਟਰ ਸਾਹਿਬ ਇੱਕ ਵਾਰੀ ਤੁਸੀਂ ਸਾਂਭ ਲਓ ਉਸ ਤੋਂ ਬਾਅਦ ਜਿੱਥੇ ਕਹੋਗੇ ਆਪਾਂ ਲੈ ਜਾਵਾਂਗੇ ਉਹ ਸਿਆਣਾ ਪਿੱਛੇ ਦੇਖ ਤੇਰੇ ਨਾਲੋਂ ਪੱਤਰਕਾਰ ਪਿੱਛੇ ਦੇਖ ਉਹ ਪਿੱਛੇ ਆਪਾਂ ਇਹਨਾਂ ਦੀ ਜਾਨ ਬਚਾਈਏ ਉਸ ਤੋਂ ਬਾਅਦ ਆਪਾਂ ਜੋ ਕਹਾਂਗੇ ਗੱਲ ਕਰ ਸਕਦਾ ਮੈਂ ਨਾਰਮਲ ਕੇਸ ਹੁਣੇ ਕਰਾ ਕੇ ਆਇਆ 5 ਮਿੰਟ ਪਹਿਲਾਂ ਹੁਣ ਇਹਨਾਂ ਨੂੰ ਅਸੀਂ ਕਿੱਥੇ ਇਹ ਕਿੱਥੇ ਲੈ ਜਾਣ ਤੁਸੀਂ ਸਿਆਣਾ ਨਾਲ ਲਈ ਫਿਰਦਾ ਮੈਨੂੰ ਮੈਂ ਤਾਂ ਹੁਣ ਆਇਆ ਮੇਰੇ ਫੋਨ ਆਇਆ ਕਿਹੜੇ ਹਾਲਾਤ ਨੇ ਜੀ ਪ੍ਰੈਗਨੈਂਟ ਲੇਡੀ ਦੇ ਤੁਸੀਂ ਦੇਖ ਸਕਦੇ ਹੋ ਲੁਧਿਆਣੇ ਫਿਰ ਇੱਥੇ ਲੈ ਕੇ ਜਾਓ ਨਾ ਵੀਰੇ ਨਹੀਂ ਅਸੀਂ ਆਖਰ ਮੈਂ ਤਾਂ ਪ੍ਰਾਈਵੇਟ ਕਰਾ ਲੈਂਦੇ ਸਾਡੇ ਕੋਲ ਪ੍ਰਾਈਵੇਟ ਵਾਲੇ ਤੁਸੀਂ ਸਾਂਭਣ ਨੂੰ ਤਿਆਰ ਆ ਅਸੀਂ ਅੱਜ ਵੀ ਗੱਲਾਂ ਮੈਂ ਤੈਨੂੰ ਕਰਦਾ ਮੈਂ ਨਾ ਏਡੀ ਸਾਹਿਬ ਨੂੰ ਲਾ ਰਹੇ ਅਸੀਂ ਸਭ ਹਾਂ ਬੋਲ ਬੋਲ ਕਿਉਂ ਐਵੇਂ ਕਰੀ ਜਾਂਦੇ ਤਾਂ ਹੋਣਾ ਸ਼ੇਰਾ ਡਾਕਟਰ ਮੇਰੀ ਆ ਲਓ ਜੀ ਮੈਂ ਸੁੱਖ ਜਗਰਾਉਂ ਤੁਸੀਂ ਮੇਰੀ ਦੇਖ ਲਓ ਹੁਣ ਮੈਨੂੰ ਇਹ ਦੱਸ ਦੋ ਸ਼ੇਰਾ ਡਾਕਟਰ ਤੁਹਾਨੂੰ ਚਾਹੀਦਾ ਸ਼ੇਰਾ ਇੱਥੇ ਅਵੇਲੇਬਲ ਕਰਾ ਦਈਏ ਫਿਰ ਹੋ ਜੂਗਾ ਜਿਹੜਾ ਤੁਹਾਡਾ ਕਰਦਾ ਵੇ ਕੀ ਨਾਂ ਸੀ ਇਹਦਾ ਡਾਕਟਰ ਸੁੱਖੀ ਕੌਣ ਕੀ ਹੈ ਡਿਗਰੀ ਕੀ ਹੈ ਕੌਣ ਨੇ ਉਹ ਯਾਰ ਤੈਨੂੰ ਆਪ ਨੀ ਪਤਾ ਗੱਲਾਂ ਕਰੀ ਜਾਂਦਾ ਹਾਂ ਕੀ ਡਿਗਰੀ ਹੈ ਡਾਕਟਰ ਦੀ ਹਰੀ ਸਿੰਘ ਹਸਪਤਾਲ ਹਰੀ ਸਿੰਘ ਨਹੀਂ ਡਾਕਟਰ ਡਿਗਰੀ ਕੀ ਹੈ ਗੱਲਾਂ ਕਰਦੇ ਦੱਸ ਹਾਂ ਐਨਥੀਸੀ ਡਾਕਟਰ ਕਹਿੰਦੇ ਕੋਈ ਡਿਗਰੀ ਨਹੀਂ ਹੈ ਐਨਥੀਸੀ ਕੋਲ ਓਕੇ ਲੁਧਿਆਣੇ ਮੈਡੀਸਿਟੀ ਜੋਬ ਕਰਦੇ ਡੀ ਐਮ ਸੀ ਦਾ ਪਾਸ ਆਊਟ ਹੈ ਤੁਹਾਡੇ ਇੱਥੇ ਤੁਹਾਡੇ ਵੀ ਆਉਂਦਾ ਵੀ ਉਹਨੂੰ ਬੁਲਾ ਲਈਏ ਇੱਦਾਂ ਹੁੰਦਾ ਹਰੇਕ ਡਾਕਟਰ ਦੇ ਆਪੋ ਆਪਣੇ ਡਾਕਟਰ ਚੈਨਲ ਤੇ ਓਕੇ ਹਾਂ ਕਰੋ ਜੇ ਕੋਈ ਪ੍ਰੋਬਲਮ ਉਹ ਕਹਿੰਦੇ ਵੀ ਸਾਡਾ ਆਪਦਾ ਹੁੰਦਾ ਵਾ ਡਾਕਟਰ ਸਾਹਿਬ ਮੇਰੀ ਸੁਣੋ ਸਾਡੇ ਕੋਲੇ ਤੇ ਐਂਪੈਲਟ ਨਹੀਂ ਹੈ ਟ੍ਰੀਟ ਕਰਾਈਏ ਨਾ ਸਵੇਰੇ ਤੂੰ ਤੈਨੂੰ ਪਤਾ ਨਾ ਮੇਰਾ ਸਵੇਰੇ ਆਪਣਾ ਹਨਾ ਬਾਈ ਮੋੜ ਵੀਰੇ ਗਰਗ ਦੇ ਜਾਵੜੀਏ ਇਹਨਾਂ ਤਾਂ ਇਹਨੇ ਦੱਸ ਦੋ ਗਰਗ ਦੇ ਜਾਵੜੀਏ ਜੀ ਅਸੀਂ ਕਿਵੇਂ ਕਹਿ ਦਈਏ ਵੀਰੇ ਕਾਹਨੂੰ ਕਹੋਗੇ ਜਾ ਕੇ ਉਹਨਾਂ ਨੇ ਸਾਂਭੇ ਨੇ ਅਸੀਂ ਪੈਸੇ ਲੈਣੇ ਪਹਿਲੇ ਬਣ ਜਾਂਦੇ ਅੱਜ ਕਿਨੇ ਵੀ ਇਸੇ ਡਾਕਟਰ ਨੂੰ ਸੱਦਣਾ ਡਾਕਟਰ ਬਵੀਰ ਹੈ ਨਹੀਂ ਮਾਸਕ ਮਾਸਕ ਦੇਖੀ ਹੁਣ ਤੂੰ ਮੈਂ ਤੇ ਨਾ ਬੋਲਣਾ ਨੀ ਯਾਰ ਕੋਈ ਨੀ ਮੁੜ ਕੇ ਤੈਨੂੰ ਆਹ ਵਾ ਜੀ ਹੁਣ ਮੈਂ ਯਾਰ ਫੇਰ ਨੀ ਲੱਗਦਾ ਇੱਧਰ ਸਾਡੇ ਕੋਲ ਵੀ ਇਹੋ ਜਿਹੇ ਪੱਤਰਕਾਰ ਨੇ ਠੀਕ ਆ ਇਹ ਵੱਡੇ ਦੂਜੇ ਨੂੰ ਡਰਾਉਣ ਨੂੰ ਫਿਰਦੇ ਨੇ ਹਾਲੇ ਮੇਰੀ ਸ਼ਕਲ ਮੈਂ ਥੱਲੇ ਲਾ ਕੇ ਲੈ ਦੇਖ ਠੀਕ ਆ ਉਹ ਨਹੀਂ ਨੀ ਕਿਸੇ ਨੇ ਆਉਣਾ ਰੁਕ ਜਾਓ ਤੁਸੀਂ ਮੈਨੂੰ ਕੰਮ ਕਰਨ ਦੋ ਕਿਹੜੇ ਸਰਾਂ ਹੋਸਪਿਟਲ ਮੁੱਲਾਪੁਰ ਉਹਨੂੰ ਕਹਿ ਸਰਾਂ ਹੋਸਪਿਟਲ ਮੁੱਲਾਪੁਰ ਪਹਿਲਾਂ ਉਹਨਾਂ ਨੂੰ ਡਿਗਰੀ ਲੈ ਕੇ ਆਵੇ ਜਿਹੜਾ ਵੀ ਡਾਕਟਰ ਹੋਵੇ ਮੈਂ ਨਹੀਂ ਕਿਸੇ ਨੂੰ ਅਸੀਂ ਵੀ ਕਿਸੇ ਨੂੰ ਜਾਣ ਕੀ ਨਾਂ ਕੀ ਤੇਰਾ ਹਾਂ ਪੱਤਰਕਾਰ ਨਾਂ ਕੀ ਤੇਰਾ ਮੈਨੂੰ ਭੁੱਲਿਆ ਤੂੰ ਕੌਣ ਆ ਤੂੰ ਸੌਖੇ ਜਗਰਾਉਂ ਮੇਰਾ ਨਾਮ ਆ ਹੋਊਗਾ ਫਿਰ ਹਾਂ ਹੋਊਗਾ ਫਿਰ ਠੀਕ ਆ ਹੁਣ ਆ ਇਹ ਭੁੱਲਿਆ ਫਿਰ ਤਾਂ ਪੁੱਛਦਾ ਨਾ ਭੁੱਲਿਆ ਕੀ ਆ ਸੌਖੇ ਜਗਰਾਉਂ ਸੋ ਤੁਸੀਂ ਆਹ ਦੇਖ ਸਕਦੇ ਹੋ ਡਾਕਟਰ ਹਰੀ ਸਿੰਘ ਹਾਂਸ ਪੰਜਾਬ ਦਾ ਮੰਨਿਆ ਪਰਮੰਨਿਆ ਜਗਰਾਉਂ ਦਾ ਮੈਟਰਨਿਟੀ ਹੋਮ ਹੋਸਪਿਟਲ